ਅਸਲਾਮ ਵਾਲੇਕੁਮ ਜੀ, ਗੁੱਡ ਮੋਰਨਿੰਗ, ਕੀ ਹਾਲ ਨੇ ਸਾਰਿਆਂ ਦਾ? ਅਲਹਮਦੁਲਿਲਾ, ਅਸੀਂ ਬਿਲਕੁਲ ਠੀਕ ਠਾਕ ਹਾਂ। ਅੱਜ ਸੁਬਹ ਸਵੇਰੇ ਜਿਹੜਾ ਨਾ ਮੈਂ ਉੱਠਿਆ ਅਤੇ ਇੱਕ ਭਾਈ ਜਿਹੜਾ ਨਾ ਕਾਫੀ ਮਜਬੂਰ ਹੋ ਕੇ ਅਤੇ ਮੇਰੇ ਕੋਲ ਆਇਆ ਬੈਠਾ ਹੈਗਾ। ਬੜੀ ਇਸ ਕੋਈ ਦਾਸਤਾਨ ਸੁਣਾਈ ਹੈ ਜੋ ਕਿ ਮੈਨੂੰ ਸਮਝੋ ਕਿ ਨਾ ਬਹੁਤ ਹੀ ਅਜੀਬ ਜਿਹਾ ਮਹਿਸੂਸ ਹੋਇਆ ਅਤੇ ਮੈਂ ਫਿਰ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ, ਕਿਉਂਕਿ ਹੋਰਨਾਂ ਦੇ ਤਾਂ ਅਸੀਂ ਬਥੇਰਿਆਂ ਦੇ ਕੰਮ ਆਉਂਦੇ ਜਾਂਦੇ ਰਹਿੰਦੇ ਹਾਂ ਅਤੇ ਕੋਈ ਐਸੇ ਲੋਕ ਜਿਹੜੇ ਸਫੈਦ ਪੋਸ਼ ਲੋਕ ਨੇ ਜੋ ਕਿ ਸਾਡੇ ਸਾਹਮਣੇ ਵੀ ਨਹੀਂ ਆਉਂਦੇ ਅਤੇ ਮਜਬੂਰ ਹੋ ਕੇ ਇੰਨੀ ਦੂਰੋਂ ਸਫ਼ਰ ਕਰਕੇ ਮਜਬੂਰ ਹੋ ਕੇ ਆਉਂਦੇ ਆ। ਜੇ ਅੱਲਾਹ ਤਾਲਾ ਇਹੋ ਜਿਹੇ ਬੰਦੇ ਲੈ ਆਵੇ ਤਾਂ ਫਿਰ ਸਾਨੂੰ ਵੀ ਸੋਚਣਾ ਚਾਹੀਦਾ ਐਸਿਆਂ ਲੋਕਾਂ ਦਾ, ਅਤੇ ਕਰਨਾ ਤਾਂ ਸੁਣੇ ਮੇਰੇ ਰੱਬ ਨੇ ਹੀ ਹੁੰਦਾ, ਲੇਕਿਨ ਸਾਡੀ ਥੋੜ੍ਹੀ ਜਿਹੀ ਕੋਸ਼ਿਸ਼ ਹੁੰਦੀ ਹੈ। ਸਾਡੀ ਕੋਸ਼ਿਸ਼, ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਕਿਸੇ ਦਾ ਕੋਈ ਵਸਾਇਲ ਚੱਲ ਜਾਵੇ, ਕਿਸੇ ਦਾ ਕੋਈ ਪਾਣੀ ਦਾ ਬਹਾਨਾ ਵਸੀਲਾ ਬਣ ਜਾਵੇ, ਅਤੇ ਦੁਆ ਹੀ ਉਸ ਦੇਣੀ ਹੁੰਦੀ ਬੰਦੇ ਨੇ, ਅਤੇ ਸਭ ਤੋਂ ਮੇਨ ਚੀਜ਼ ਦੁਆ ਹੀ ਹੁੰਦੀ ਹੈ। ਅਤੇ ਭਾਈ ਜੀ, ਉਹਦੀ ਤੁਸੀਂ ਵੀ ਦਾਸਤਾਨ ਸੁਣ ਲਓ, ਕਿੱਥੋਂ ਆਇਆ, ਕਿਸ ਮਸਲੇ ਲਈ ਆਇਆ, ਅਤੇ ਮੈਂ ਤਾਂ ਤਕਰੀਬਨ ਸੁਣੀ ਬੈਠਾ। ਹਾਂਜੀ ਭਾਈ, ਤੁਸੀਂ ਆਪ ਹੁਣ ਦੱਸੋ ਤੁਹਾਨੂੰ ਕੀ ਮਸਲਾ ਹੈ, ਕਿੱਥੋਂ ਆਏ ਹੋ? ਮੈਂ ਜੀ ਰਾਮੇ ਸ਼ਾਹ ਤੋਂ ਆਇਆ ਬਾਈ ਜੀ। ਠੀਕ ਆ। ਅਤੇ ਜੀ ਅਸੀਂ ਪਿੰਡ ਵਿੱਚ ਰਹਿੰਦੇ ਸੀ ਜੀ, ਉਹ ਮਕਾਨ ਕਿਸੇ ਦਾ ਪੁਰਾਣਾ ਪਿਆ ਹੋਇਆ ਸੀ, ਉਹਦੇ ਵਿੱਚ ਪਾਣੀ ਦੀ ਉਹਦੇ ਵਿੱਚ ਸਹੂਲਤ ਨਹੀਂ ਸੀ, ਲੇਕਿਨ ਬੂਹੇ 'ਤੇ ਇੱਕ ਨਲਕਾ ਲੱਗਾ ਹੋਇਆ ਸੀ, ਉਹ ਸਵਾਬ ਵਾਲਾ, ਉਸ 'ਤੇ ਸਾਡਾ ਗੁਜ਼ਾਰਾ ਹੋ ਰਿਹਾ ਸੀ ਜੀ। ਅਤੇ ਉਹ ਇੱਕ ਦਿਨ ਉਹ ਬੰਦਾ ਕਹਿੰਦਾ ਸੀ ਮੈਨੂੰ ਕਿਰਾਇਆ ਦਿੱਤਾ ਕਰੋ ਜੀ, ਉਹ ਉਤਨੇ ਪੈਸੇ ਵੀ ਸਾਡੇ ਕੋਈ ਨਹੀਂ ਸੀ ਜੀ। ਅਤੇ ਅਸੀਂ ਫਸਲਾਂ ਦੇ ਵਿੱਚ ਇੱਕ ਚੌਧਰੀਆਂ ਦਾ ਡੇਰਾ ਹੈ ਜੀ, ਅਸੀਂ ਉੱਥੇ ਆਪਣਾ ਕੱਚਾ ਜਿਹਾ ਘਰ ਬਣਾਇਆ, ਉੱਤੇ ਕਾਨੇ ਸੱਟ ਕੇ ਉਹਨੂੰ ਲਿੰਬਿਆ, ਅਤੇ ਆਪਣਾ ਇੱਕ ਜ਼ਿੰਦਗੀ ਬਸਰ ਕਰਨ ਦਾ ਇੱਕ ਹਿਸਾਬ ਬਣਾਇਆ, ਅਤੇ ਨਾਲ ਚੌਧਰੀਆਂ ਦਾ ਟੂਵੈਲ ਸੀ। ਮੈਂ ਕਿਹਾ ਇੱਥੋਂ ਪਾਣੀ ਭਰ ਕੇ ਸਾਡਾ ਵਕਤਾ ਸਰਿਆ ਰਹੇਗਾ ਜੀ। ਸਹੀ ਹੈ। ਉਹ ਟੂਵੈਲ ਵੀ ਕਦੀ ਬੰਦ ਹੁੰਦਾ, ਕਦੀ ਚੱਲਦਾ ਹੈ ਜੀ, ਕਦੀ ਕੀ ਪੋਜੀਸ਼ਨ, ਕਦੀ ਕੀ। ਸਾਡੇ ਘਰ 'ਚ ਕੋਈ ਪਾਣੀ ਦੀ ਸਹੂਲਤ ਨਹੀਂ ਹੈ ਜੀ, ਕੋਈ ਨਲਕਾ ਨਹੀਂ ਹੈ, ਕੋਈ ਮੋਟਰ ਨਹੀਂ, ਕੋਈ ਸ਼ਾਈ ਨਹੀਂ। ਬਾਲਟੀਆਂ ਅਸੀਂ ਟੂਵੈਲ ਤੋਂ ਭਰ ਕੇ ਲੰਬਦੇ ਹਾਂ, ਉਹ ਰੱਖਦੇ ਹਾਂ, ਉਹਦੇ 'ਚੋਂ ਅਸੀਂ ਇਸਤੇਮਾਲ ਕਰਦੇ ਹਾਂ। ਜਦੋਂ ਅਸੀਂ ਕੰਮ ਤੋਂ ਮਜ਼ਦੂਰੀ ਤੋਂ ਆਵੀਏ ਜੀ, ਤੋ ਪਾਣੀ ਡੱਬਿਆਂ ਵਾਲਾ ਗਰਮ ਹੋਇਆ ਪਿਆ ਹੁੰਦਾ ਹੈ। ਜੇ ਅਸੀਂ ਗਰੀਬ ਬੰਦੇ ਹਾਂ, ਕੋਈ ਪੰਜਾਂ ਦੀ ਬਰਫ ਲੈਂਦੇ ਹਾਂ, ਉਹ ਵਿੱਚ ਜੱਗ ਦੇ ਸੱਟਣੇ ਹਾਂ, ਉਹ ਗਰਮ ਨੂੰ ਤਾਜ਼ੇ ਦੇ ਨਿਆਰ 'ਚ ਕਰ ਦਿੰਦਾ। ਅਤੇ ਉਹ ਜੀ ਬੱਚਿਆਂ ਨੇ ਕੋਈ ਨਾਣਾ ਧੋਣਾ ਵੀ ਹੁੰਦਾ ਟੂਵੈਲ 'ਤੇ, ਕਦੀ ਜੀ ਕੋਈ ਉਹ ਚੌਧਰੀ ਕਾਵੜ ਵਾਲਾ ਵਧਾ ਹੁੰਦਾ, ਉਹ ਜੀ ਬੱਚਿਆਂ ਨੂੰ ਬਜਾ ਦਿੰਦਾ, ਚਲੋ ਜੀ ਤੁਸੀਂ ਚਿੱਕੜ ਕਰ ਰਹੇ ਨੇ ਜੀ। ਅਤੇ ਅਸੀਂ ਜੀ ਬੜੇ ਪਰੇਸ਼ਾਨ ਹਾਂ ਜੀ, ਅਤੇ ਤੁਸੀਂ ਜੇ ਸਾਡੇ ਨਾਲ ਇਹ ਤਾਵਨ ਕਰੋ ਚਾਹ, ਅਤੇ ਅੱਲਾ ਪਾਕ ਤੁਹਾਨੂੰ ਇਹਦਾ ਸਿਲਾ ਦੇਗਾ। ਅਤੇ ਜੀ ਅਸੀਂ ਬਹੁਤ ਮਜਬੂਰ ਹਾਂ, ਗਰੀਬ ਹਾਂ, ਜੇ ਸਾਡੀ ਕੋਈ ਗੁੰਜਾਇਸ਼ ਹੁੰਦੀ ਤਾਂ ਅਸੀਂ ਕਿਸੇ ਹੱਕਦਾਰ ਦਾ ਹੱਕ ਨਹੀਂ ਸੀ ਖੋਣਾ। ਨਹੀਂ ਜੀ, ਬਿਲਕੁਲ ਮਜਬੂਰ ਹੋ ਕੇ ਤੁਸੀਂ ਆਏ ਹੋ, ਮੈਂ ਤੁਹਾਡੀ ਸਾਰੀ ਦਾਸਤਾਨ ਸੁਣੀ ਬੈਠਾ। ਤੇ ਬਾਈ ਹੋਰੀ ਸਾਈਕਲ ਤੇ ਆਏ ਨੇ, ਇਹ ਬੱਚਾ ਤੁਹਾਡੇ ਨਾਲ ਹੈ? ਨਹੀਂ ਜੀ, ਇਹ ਨਿੱਕਾ ਜਿਹਾ ਤੁਹਾਡਾ? ਨਹੀਂ ਤੁਹਾਡਾ ਹੀ ਹੈ। ਨਹੀਂ ਆ ਗੰਜਾ ਤੁਹਾਡਾ ਨਹੀਂ ਹੈ? ਮੈਂ ਤਾਂ ਤੁਹਾਡੇ ਨਾਲ ਆਇਆ, ਇਕੱਲਾ ਆਇਆ ਪੁਰਾਣੇ ਸਾਈਕਲ ਤੇ ਜੀ, ਰਹਿਨੇ ਸ਼ਾਤ ਜੀ। ਸਹੀ ਹੈ, ਸਹੀ ਹੈ। ਤੇ ਜੀ ਮੈਂ, ਚਲੋ ਬਹਰਾਲ ਜੀ, ਅੱਲਾ ਪਾਕ ਬਿਹਤਰ ਸਬਬ ਲਾਉਣ ਵਾਲਾ ਹੈਗਾ। ਅਤੇ ਬਾਕੀ ਭਾਈ ਸਾਹਿਬ ਦੀ ਹਾਲਤ ਤੁਸੀਂ ਆਪ ਵੇਖ ਸਕਦੇ ਹੋ, ਇਹ ਅਗਰ ਹੱਕਦਾਰ ਹੈ ਤਾਂ ਤੁਸੀਂ ਇਹਦੇ ਜ਼ਰੂਰ ਇਹਦੇ ਨਾਲ ਭਾਈ ਜੀ ਤਾਵਨ ਕਰਨਾ ਹੈ, ਕਿਉਂਕਿ ਹੁਣ ਮੌਸਮੀ ਹਾਲਾਤ ਨਾਲ ਹੀ ਟੂਵੈਲ ਚੱਲਦੇ ਨੇ। ਹੁਣ ਵੇਖੋ ਬੱਦਲ ਬਣੇ ਨੇ, ਬਾਰਿਸ਼ ਹੋਈ ਹੈ, ਤਾਂ ਟੂਵੈਲ ਕੋਈ ਨਾ ਚੱਲਣਾ, ਅਤੇ ਜ਼ਰੂਰਤ ਪੈਣੀ ਤਾਂ ਕਿਸੇ ਨੇ ਟੂਵੈਲ ਚਲਾਉਣਾ, ਅਤੇ ਉਸ ਹਿਸਾਬ ਨਾਲ ਇਹਨਾਂ ਨੇ ਪਾਣੀ ਭਰ ਕੇ ਆਪਣਾ ਗੁਜ਼ਰ ਬਸਰ ਕਰਨਾ ਹੁੰਦਾ।
ਤੇ ਮੈਨੂੰ ਤੇ ਬਾਈ ਜੀ ਬੜਾ ਇੰਤਹਾਈ ਹੱਕਦਾਰ ਤੇ ਗਰੀਬ ਲੱਗਦਾ ਗਿਆ। ਕੱਪੜਿਆਂ ਤੋਂ ਬੰਦਾ ਮਹਿਸੂਸ ਕਰ ਲੈਂਦਾ ਗਿਆ, ਹਾਲਤ ਤੋਂ ਮਹਿਸੂਸ ਕਰ ਲੈਂਦਾ, ਠੀਕ ਆ। ਤੇ ਰਹਿਮੇ ਸ਼ਾਹ ਦੇ ਵਿੱਚ ਤਕਰੀਬਨ ਦੱਸਦਾ ਪਿਆ ਇਹਨਾਂ ਦੀ ਕੋਈ ਰਿਹਾਇਸ਼ ਪਜ਼ੀਰ ਹੈ ਕਿਸੇ ਜ਼ਿਮੀਂਦਾਰ ਦੇ, ਹਾਂ ਮਤਲਬ ਬੈਠੇ ਹੋਏ ਆ, ਅਤੇ ਹੋ ਸਕੇ ਤਾਂ ਇਹਨਾਂ ਦੇ ਹਾਲ 'ਤੇ ਤੁਸੀਂ ਰਹਿਮ ਕਰਨਾ, ਜਿਹੜੇ ਮੇਰੇ ਭੈਣ ਭਾਈ ਨੂੰ ਅੱਲਾਹ ਪਾਕ ਨੇ ਤੋਫੀਕ ਦਿੱਤੀ ਆ, ਅਤੇ ਇਸ ਗਰੀਬ ਦਾ ਨਲਕਾ ਲਵਾ ਦਿਓ। ਚਲੋ ਜਿੰਨਾ ਚਿਰ ਵੀ ਬਵੇ ਇਹਦਾ ਆਪਣਾ ਤਾਂ ਹੋਵੇ ਨਾ ਨਲਕਾ, ਕੰਮ ਅਜ਼ ਕੰਮ ਸਾਲ ਬਵੇ, ਦੋ ਸਾਲ ਬੈਣ ਦੇਣਾ, ਹੈ ਤਾਂ ਜ਼ਿਮੀਂਦਾਰ ਹੀ ਆਖਿਰਕਾਰ। ਅਤੇ ਗਰੀਬ ਬੰਦਾ ਹੈਗਾ ਹਾਲਾਤ ਦਾ ਮਾਰਿਆ ਹੋਇਆ, ਤਾਂ ਇਹਦੇ ਹਾਲ 'ਤੇ ਤੁਸੀਂ ਜ਼ਰੂਰ ਰਹਿਮ ਕਰਨਾ ਹੈਗਾ। ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਜਜ਼ਾਏ ਖੈਰ ਦੇਵੇ। ਮੈਂ ਆਪ ਇਹਨੂੰ ਜ਼ਾਤੀ ਤੌਰ 'ਤੇ ਬਾਈ ਨਹੀਂ ਜਾਣਦਾ, ਮੈਂ ਪਹਿਲੀ ਦਫ਼ਾ ਇਹਨੂੰ ਦੇਖ ਰਿਹਾ, ਪਤਾ ਨਹੀਂ ਕਿੱਥੋਂ ਵਿਚਾਰਾ ਚੱਲ ਕੇ ਆਇਆ। ਨਾਂ ਕੀ ਬਾਈ ਆਪਣਾ? ਮੇਰਾ ਨਾਂ ਜਲਾਲ ਖਾਨ। ਜਲਾਲ ਖਾਨ, ਪਠਾਨ ਹੁੰਦੇ ਹੋ, ਸਹੀ ਹੈ। ਹਾਲਾਤ ਤਾਂ ਫਿਰ ਅੱਲਾਹ ਪਾਕ ਦੇ ਬਣਾਏ ਹੁੰਦੇ ਆ, ਮਾੜੇ ਚੰਗੇ, ਅਤੇ ਲਿਹਾਜ਼ਾ ਹੋ ਸਕੇ ਤਾਂ ਇਸ ਗਰੀਬ ਦੇ ਹਾਲ 'ਤੇ ਤੁਸੀਂ ਜ਼ਰੂਰ ਨਜ਼ਰਸਾਨੀ ਕਰਨੀ ਹੈ। ਅੱਲਾਹ ਪਾਕ ਤੁਹਾਨੂੰ ਜਜ਼ਾਏ ਖੈਰ ਦੇਵੇ। ਠੀਕ ਹੈ ਬਾਈ ਜੀ, ਇਨਸ਼ਾ ਅੱਲਾਹ ਤਾਲਾ ਮੇਰੇ ਰੱਬ ਨੇ ਚਾਹਿਆ ਤੇਰੀ ਅਮਾਨਤ ਮੇਰੇ ਕੋਲ ਆਈ ਤੇ ਮੈਂ ਜ਼ਰੂਰ ਲੈ ਕੇ ਮੈਂ ਬਾਈ ਕੋਲ ਪਹੁੰਚਾਂਗਾ, ਠੀਕ ਹੈ ਨਾ? ਇਨਸ਼ਾ ਅੱਲਾਹ ਖੁਸ਼ ਰੱਖੇ, ਅੱਲਾਹ ਤਾਲਾ ਬਾਦ ਰੱਖੇ, ਆਮੀਨ। ਹਾਂਜੀ ਬੇਗਮ, ਨਾਸ਼ਤਾ ਬਣਿਆ? ਹੁਣ ਬਣਾ ਕੇ ਟੀ। ਅਸਲਾਮ ਅਲੈਕਮ, ਕੀ ਹਾਲ ਚਾਲ ਸਰ ਬਣ ਬਾਈਆਂ ਦੇ? ਸਤਾਕ ਨੇ ਜਿੱਤ ਰਹੋ, ਖੁਸ਼ ਰਹੋ, ਬਾਦ ਰਹੋ, ਹਮੇਸ਼ਾ ਹੱਸਦੇ ਮੁਸਕਰਾਉਂਦੇ, ਆਮੀਨ। ਤੇ ਨਾਸ਼ਤਾ ਬਣਿਆ ਪਿਆ? ਦੌੜ ਲੱਗੀ ਰਹੀ ਆ ਤੇ ਹੁਣ ਇੱਥੇ ਆ ਕੇ ਮੈਂ ਚਲੋ ਇੱਕ ਦਿਨ ਆਉਂਦਾ ਆਪਣੇ ਸਕੂਨ ਨਾਲ, ਹੁਣ ਥੱਲੇ ਸਾੜ ਲਏ ਨੇ ਛੋਣੇ। ਮੌਸਮ ਵੀ ਬਾਈ ਸਾਹਿਬ ਵੇਖੋ ਕਿੰਨਾ ਪਿਆਰਾ ਪਿਆਰਾ ਬਣਿਆ ਖੜਾ, ਹਵਾ ਵੀ ਚੱਲੀ ਖੜੀ ਆ, ਸੂਰਜ ਸਾਹਮਣੇ ਭਾਈ ਸਾਹਿਬ ਨੇ ਜਗਾੜ ਲਾ ਕੇ ਨਾ ਇੱਥੋਂ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਜ਼ਿਕਰਾ ਔਰਾਂ ਲੈਣ ਪਾਣੀ ਲੈ ਕੇ ਜਾਣਾ ਸੀ, ਯਾਨੀ ਕਿ ਹੁਣ ਉਹਨਾਂ ਦੀ ਵੀ ਟੈਂਕੀ ਫੁੱਲ ਹੋ ਜਾਂਦੀ ਆ। ਵੇਖੋ ਸਿੱਧਾ ਲਿਜਾ ਕੇ ਇੱਥੋਂ ਥੱਲੇ ਉਹ ਟੈਂਕੀ ਵੀ ਫੁੱਲ ਹੋ ਜਾਂਦੀ ਆ, ਇਹ ਸਾਡੀ ਵੀ ਇੱਕੋ ਹੀ ਸਮਝੋ ਕਿ ਪੰਪ ਚੱਲਦਾ ਪਿਆ। ਔਰ ਜਿਹੜਾ ਬਾਈ ਮੈਨੂੰ ਕਹਿ ਰਿਹਾ ਨਾ ਕਿ ਪੰਪ ਉਹ ਹੀ ਠੀਕ ਕਰਾ ਲਓ, ਉਹਦੇ ਨਾਲ ਨਾ ਸਾਨੂੰ ਵੈਸੇ ਬਿੱਲ ਬੜਾ ਪਾਉਂਦਾ ਪਿਆ, ਵੀ ਉਦੋਂ ਉਹ ਪੰਪ ਚੱਲਦਾ ਉਹ ਇਹ ਚੱਲਦਾ, ਇਹ ਹੁਣ ਸੋਲਰ 'ਤੇ ਵੀ ਚੱਲ ਜਾਂਦਾ, ਬਿਜਲੀ 'ਤੇ ਵੀ ਚੱਲ ਜਾਂਦਾ, ਜ਼ਿਆਦਾ ਇਹਨੂੰ ਅਸੀਂ ਸੋਲਰ 'ਤੇ ਇਸਤੇਮਾਲ ਕਰਦੇ ਹਾਂ। ਰਾਤ ਨੂੰ ਹੈ ਜੇ ਕਦੇ ਚਲਾਉਣਾ ਪਵੇ ਚਲਾਉਣਾ ਪਵੇ, ਨਹੀਂ ਤਾਂ ਦਿਹਾੜੀ ਸੋਲਰ 'ਤੇ ਇਹਨੂੰ ਇਸਤੇਮਾਲ ਕਰੀਦਾ ਹੈਗਾ, ਲਿਹਾਜ਼ਾ ਇਸ ਕਰਕੇ ਬਿਜਲੀ ਦਾ ਬਿੱਲ ਵੀ ਬਚੇਗਾ। ਅਤੇ ਟੋਟਲ ਇਹਦੇ ਖਰਚਾ ਆਇਆ 3,000 ਰੁਪਈਆ, ਠੀਕ ਹੈ ਨਾ? ਅਤੇ ਸਾਡਾ ਕੰਮ ਚੱਲ ਗਿਆ ਅਲਹਮਦੁਲਿਲਾ। ਉੱਧਰ ਹੁਣ ਬੇਸ਼ੱਕ ਮਤਲਬ ਸੇਮ ਟੂ ਸੇਮ ਕਹਾਣੀ ਹੋਈ ਹੈ, ਜੇ ਜਿਵੇਂ ਬੰਦੇ 'ਚ ਪਾਣੀ ਪਹਿਲੇ ਹੁੰਦਾ ਸੀ ਨਾ ਉਸੇ ਤਰ੍ਹਾਂ ਹੀ ਪਾਣੀ ਹੈਗਾ, ਟੈਂਕੀ ਫੁੱਲ ਹੈ ਵੀ ਉਹ ਵੀ ਫੁੱਲ, ਜੱਟ ਵੱਧ ਲੱਗ ਜਾਂਦਾ ਲੇਕਿਨ ਦੋਵੇਂ ਟੈਂਕੀਆਂ ਫੁੱਲ ਕਰ ਦਿੰਦਾ ਪੰਪ। ਬਾਕੀ ਸੋਲਰ ਨੂੰ ਮੈਂ ਨਾ ਚੰਗੀ ਮਜ਼ਬੂਤੀ ਦੇ ਨਾਲ ਜਕੜਿਆ ਹੋਇਆ, ਇਹ ਵੇਖੋ ਇਹਦੇ ਵਿੱਚ ਬੀਮ ਪਾਰ ਕੇ ਨਾ, ਦੂਸਰਾ ਬਿਨਾ ਬਜਰੀ ਸੀਮੈਂਟ ਵਗੈਰਾ ਇਵੇਂ ਸਾਰਿਆਂ ਪੈਦਾਨਾਂ ਦੇ ਥੱਲੇ ਬਣਾਏ ਹੋਏ, ਲੇਕਿਨ ਲੋਕ ਬਣਾਉਂਦੇ ਨੇ ਇੱਟਾਂ ਨਾਲ, ਇੱਟਾਂ ਵਾਲਾ ਜਗਾੜ ਜਿਹੜਾ ਨਾ ਉਹ ਨਹੀਂ ਠੀਕ ਹੈਗਾ, ਇਹ ਹੁਣ ਬਹੁਤ ਵਜ਼ਨੀ ਹੈ, ਕਮ ਅਜ਼ ਕਮ ਇਹਦਾ ਵਜ਼ਨ ਜਿਹੜਾ ਨਾ 25-30 ਕਿਲੋ ਹੈ ਬਾਲਟੀ ਦਾ, ਜਿਹੜਾ ਕਿ ਇਹਨੂੰ ਪਕੜ ਕੇ ਖੜਾ ਹੋਇਆ, ਅਤੇ ਜਿੰਨੀ ਮਰਜ਼ੀ ਹਵਾ ਆ ਜਾਵੇ ਇੱਥੋਂ ਟੁੱਟ ਸਕਦਾ ਲੇਕਿਨ ਇਹ ਜੜੂ ਨਹੀਂ ਉੱਖੜ ਸਕਦਾ।
ਜ਼ਿਕਰਾ ਔਰਾਂ ਦੀ ਪਰਲੀ ਦੀਵਾਰ ਕੱਚੀ ਸੀ, ਬਾਰਾ ਛਾਵਣ ਨਾਲ ਸਾਰੀ ਹੀ ਗਿਰ ਗਈ ਆ। ਹੈ ਵੇਖੋ ਇੱਥੋਂ ਸਾਰੀ ਰੱਖ ਕੇ ਨਾ ਉਹ ਅਗਾਂਹ ਤੱਕ ਹੈ, ਪਰਲਿਆਂ ਦੇ ਵਾਸ਼ਰੂਮ ਤੱਕ ਨਾ ਸਾਰੀ ਗਿਰ ਗਈ ਆ। ਹੁਣ ਇਹਨਾਂ ਨੇ ਛਾਪੇ ਰੱਖਣੇ ਨੇ ਉੱਥੇ ਤਾਂ ਜਾ ਕੇ ਮਤਲਬ ਰਾਹ ਬੰਦ ਹੋਣਾ। ਉਸ ਤੋਂ ਇਲਾਵਾ ਬਾਈ ਜੀ ਇਹ ਵੀ ਬਾਰਿਸ਼ ਦੀਆਂ ਕਮਾਲਾਂ ਨੇ, ਇਹ ਡੇਰੇ ਵਾਲਿਆਂ ਦੀ ਨਾ ਦੀਵਾਰ ਗਿਰ ਗਈ, ਥੱਲਿਓਂ ਕੱਚੀ ਸੀ ਨਾ, ਉੱਤੋਂ ਪੱਕੀ ਆਈ, ਪੱਕੀਆਂ ਇੱਟਾਂ ਥੱਲੇ ਆ ਪਈਆਂ ਨੇ, ਕਾਫੀ ਨੁਕਸਾਨ ਕਰ ਗਈ ਹੈ ਬਾਰਿਸ਼ ਤੇ ਬਾਈ ਜੀ। ਪੂਰੇ ਗਾਉਂ ਦੇ ਅੰਦਰ ਨਜ਼ਰ ਮਾਰ ਲਓ, ਕਿਸੇ ਵੀ ਕੋਠੇ ਦੇ ਉੱਤੇ ਤੁਹਾਨੂੰ ਸੋਲਰ ਨਜ਼ਰ ਨਹੀਂ ਆਵੇਗਾ। ਲੇਕਿਨ ਅਲਹਮਦੁਲਿਲਾ ਅੱਲਾ ਪਾਕ ਨੇ ਸਾਨੂੰ ਹਿੰਮਤ ਦਿੱਤੀ ਹੈ, ਹੌਲੀ ਹੌਲੀ ਆਪਣਾ ਸੈਟਅਪ ਜਿਹੜਾ ਨਾ ਬਣਾਈ ਜਾ ਰਿਹਾ, ਹਾਲੇ ਪੂਰਾ ਨਹੀਂ ਬਣਿਆ, ਇਨਸ਼ਾਅੱਲਾ ਆਉਣ ਵਾਲੇ ਦਿਨਾਂ 'ਚ ਇਨਸ਼ਾਅੱਲਾ ਹੌਲੀ ਹੌਲੀ ਮਤਲਬ ਇਹਨੂੰ ਮੁਕੰਮਲ ਕਰਾਂਗੇ ਇਨਸ਼ਾਅੱਲਾ ਤਾਲਾ। ਕਮ ਅਜ਼ ਕਮ ਬੰਦੇ ਕੋਲ 8-10 ਪਲੇਟਾਂ ਹੋਣ ਨਾ ਦਿਨ ਰਾਤ ਦਾ ਨਿਜ਼ਾਮ ਚੱਲ ਸਕਦਾ ਹੈਗਾ, ਅਤੇ ਹੁਣ ਦਿਨੇ ਦਿਨੇ ਚੱਲਦਾ ਹੈਗਾ, ਰਾਤ ਨੂੰ ਫਿਰ ਜਿਹੜਾ ਬਿਜਲੀ ਇਸਤੇਮਾਲ ਕਰਨੀ ਪੈਂਦੀ ਆ। ਕੀ ਹੈ ਪੱਕਿਆ ਪਿਆ ਆਉਂਦਾ ਜੁੜਾ ਲੈਂਦੇ ਬੇਗਮ ਦੇ ਕੰਮ ਦੇਖੋ, ਤੇਜ਼ਕੀ ਦੇ ਵਿੱਚ ਬਰਫ ਜਮਾਈ ਸੋਲਰ ਪਲੇਟਾਂ, ਤੈਨੂੰ ਪਤਾ ਕਿੰਨਾ ਕਰੰਟ ਆਉਂਦਾ ਹੈ ਉਹਦੇ ਤੇ, ਸਹੀ ਚੱਲਦੀ ਸਗੋਂ ਬਿਜਲੀ ਨਾਲ, ਬਿਜਲੀ ਦਾ ਲੋਡ ਹਾਲਾਂਕਿ ਪੂਰਾ ਨਹੀਂ ਹੁੰਦਾ, ਬਿਜਲੀ ਦਾ ਹਾਲਾਂਕਿ ਲੋਡ ਪੂਰਾ ਨਹੀਂ ਹੁੰਦਾ ਜਿਹੜਾ ਨਾ ਸੋਲਰ ਪਲੇਟਾਂ ਦਾ, ਉਹ ਜਦੋਂ ਧੁੱਪ ਨਿਕਲਦੀ ਨਾ ਉਹਦਾ ਜ਼ਿਆਦਾ ਕਰੰਟ ਆਪੇ ਨਿਕਲ ਜਾ ਸੀ, ਵੇਜ ਰੱਖਦੇ ਫਿਰ ਘੜ ਲੈਂਦੇ ਹਾਂ। ਵਾਹ ਚੰਗੀ ਬੜਾਸ ਵੀ ਨਿਕਲਦੀ। ਨਾਸ਼ਤਾ ਬਾਕੀ ਜੀ ਮੇਰਾ ਅਲਹਮਦੁਲਿਲਾ ਰੈਡੀ ਹੈ, ਪਹਿਲਾ ਗ੍ਰਾਮ ਖਾਸ ਬੈਠਾ ਅਤੇ ਆਸੀਆ ਨੇ ਉੱਧਰ ਉਹ ਫਰਿੱਜ ਖੋਲ੍ਹੀ ਹੈ ਅਤੇ ਇਹਨੇ ਆਖਿਆ ਵੀ ਬਰਫ ਵੇਖੋ ਕਿਸ ਤਰ੍ਹਾਂ ਮੈਂ ਜਮਾਈ ਆ, ਬੜੀ ਗੱਲ ਹੈ ਜੀ ਬੜੀ ਗੱਲ ਆ। ਬੇਗਮ ਇੰਨੀ ਬਰਫ ਜਮਾ ਕੀ ਗੱਲ, ਅੱਛੀ ਸੋਚ ਵੈਸੇ, ਕੋਈ ਆ ਜਾਵੇ ਅੜੋਸ ਪੜੋਸ ਚ ਕੋਈ ਆ ਜਾਵੇ, ਨਾ ਵੀ ਆਵੇ ਤਾਂ ਵੈਸੇ ਜਿਹੜਾ ਨਾ ਕੋਈ ਜ਼ਰੂਰਤ ਕਿਉਂਕਿ ਸਵਾਬ ਹੁੰਦਾ ਇਸ ਚੀਜ਼ ਦਾ ਨਾ ਬੜਾ ਸਵਾਬ, ਸਹੀ ਹੈ। ਵਾਹ ਜੀ ਵਾਹ, ਸਿਹਤ ਬੜੀਆਂ ਬੜੀਆਂ ਰਕਮਾਂ ਚ ਆਈ ਫਿਰਦੀ ਹੈ ਇਹ ਭਾਈ, ਮੰਮਾ ਨਵਾਜ਼ ਨੇ ਭੇਜੇ ਹਨ ਜਿਹੜੇ ਉਹ ਵਾਲੇ ਨਾ, ਇਹ ਸਿਹਤ ਨਾਮ ਤੇ ਆਇਆ, ਮੈਂ ਉੱਥੇ ਆਸੂ, ਮੈਂ ਇਹਨਾਂ ਨੂੰ ਰਸੀਦ ਭੇਜੀ ਹੈ ਤੇ ਉੱਥੇ ਨਿਕਲਵਾ ਕੇ ਲਿਆ, ਜਿਵੇਂ ਲੈਂਦੇ ਹਨ ਮੈਂ ਤਾਂ ਉਵੇਂ ਜਮਾ ਕਰ ਛੱਡਿਆ, ਮੈਂ ਇਹਨਾਂ ਚ ਇਹਨਾਂ ਹੀ 1 ਰੁਪਈਆ ਤਾਂ ਹੀ, ਕਿੰਨੇ 20,000 ਹਨ ਵੇਖ ਲਓ ਕਿੰਨੇ ਨੇ, 500 ਵਾਲੇ ਆ ਦੇਣ ਲੈਂਦੇ ਆ, ਮੈਂ ਤਾਂ ਗਿਣੇ ਸ਼ੁਣੇ ਕਿ ਇਹਨਾਂ ਨੂੰ, ਮੈਂ ਤਾਂ ਵੈਸੇ ਸਭ ਦੀ ਗੱਲ ਹੀ ਆਸੂ, ਚਲੋ ਮਤਲਬ ਇੱਕ ਇਹ ਮਸਜਿਦ ਦੇ ਨੇ, ਇਹ ਨਹੀਂ ਆਪਾਂ ਰੱਖ ਸਕਦੇ, ਮੇਰੇ ਹੋ ਗਏ ਦੇਣ ਖਾ ਕਿੰਨੇ। ਆਸੀਆ ਦੀ ਪਾਰੂ ਜੀ ਕਮੈਂਟ ਆ ਰਿਹਾ ਕਿ ਤੂੰ ਇੱਥੇ ਇਹਨੂੰ ਛੱਡਿਆ ਹੋਇਆ, ਇਹ ਆਪਣਾ ਖਿਆਲ ਰੱਖਦੀ ਕੋਈ ਨਹੀਂ ਆ, ਇਹਦੇ ਨਾਲ ਤਾਂ ਬਿਹਤਰ ਨਾਲ ਹੀ ਲੈ ਜਾ ਤੇ ਆਕੇ ਆਟਾ ਚਾਹ ਕੇ ਆਉਂਦਾ, ਹੋਰ ਕੀ ਹੈ ਵੀਡੀਓ ਦੇ ਵਿੱਚ ਪਿਆਨੀ ਆਵੇ ਅਲੀਮਾ ਦੀ ਚ, ਕੋਈ ਨਹੀਂ ਕੀ ਹੋਇਆ, ਨਹੀਂ ਝੂਠ ਕਿਉਂ ਮਾਰਦੀ ਪਈ ਹੈਂ, ਤੂੰ ਵਜ਼ਨ ਨਾ ਚਾਇਆ ਕਰ, ਘਰ ਦੇ ਚਲੋ ਛੋਟੇ ਮੋਟੇ ਕੰਮ ਜਿਹੜੇ ਨੇ ਉਹ ਤਾਂ ਕਰਦੇ ਹੀ ਰਹਿੰਦੀਆਂ ਨੇ ਔਰਤਾਂ, ਲੇਕਿਨ ਵਜ਼ਨ ਨਾ ਚਾਇਆ ਕਰ, ਸਮਝ ਆਈ ਨਾ, ਦਾਣਾ ਵੀ ਕੋਈ ਨਾ ਤੇ ਨਾ ਆਉਂਦਾ ਤਾਂ ਕੀ ਆ, ਬਾਅਦ ਚ ਆਪੇ ਚਾਹ ਲਵੇਣਾ,
ਗੁੰਨ ਕੇ ਪਤਾ ਹੀ ਨਹੀਂ ਜ਼ਿਆਦਾ ਸੌੜ ਹੁੰਦੀ ਹੁਸ਼ਿਆਰ ਛੋਟਾ ਪੰਪ ਜਿਹੜਾ ਨਾ ਹਰ ਵਾਰੀ ਤੰਗ ਕਰਨ ਲੱਗ ਪਿਆ ਐਤਕੀ ਮੈਂ ਤੇ ਹੁਣ ਚੱਲਦਾ ਹੀ ਕੋਈ ਨੀ ਪਿਆ ਇਸ ਕਰਕੇ ਵੱਡਾ ਪੰਪ ਹੁਣ ਚਲਾਇਆ ਹੋਇਆ ਤੇ ਲੇਕਿਨ ਇਹਦਾ ਖਰਚਾ ਬਹੁਤ ਹੈਗਾ ਚਲੋ ਕੋਈ ਗੱਲ ਨਹੀਂ ਇਸਤੇਮਾਲ ਹੁੰਦਾ ਤਾਂ ਕਿ ਇੱਕ ਸਾਈਡ ਤਾਂ ਚੱਲਦਾ ਹੀ ਹੈ ਨਾ ਔਰ ਇਹ ਚੱਲਦਾ ਵੀ ਬਾਈ ਜੀ ਸੋਲਰ ਪਲੇਟਾਂ 'ਤੇ ਪਿਆ ਉਹ ਕਿਸ ਵਜ੍ਹਾ ਤੋਂ ਚੱਲਦਾ ਪਿਆ ਤੁਹਾਨੂੰ ਮੈਂ ਦਿਖਾਉਂਦਾ ਸਾਰਾ ਕਮਾਲ ਇਹਦਾ ਹੈਗਾ ਇਹਨੇ ਇਨਵਰਟਰ ਕਰਕੇ ਦੇਣਾ ਹੁੰਦਾ ਯਾਨੀ ਕਿ ਨਾ 12 ਵੋਲਟ ਨੂੰ 230 ਵੋਲਟ ਦੇ ਵਿੱਚ ਹੈ ਵੇਖੋ 230-231 ਤੱਕ ਇਹ ਕਰਕੇ ਦਿੰਦਾ ਹੈਗਾ ਆਰਸ਼ਨਲ ਪੱਠੇ ਦੇਖੋ ਕਿੱਡੇ ਕਿੱਡੇ ਵੱਡੇ ਹੋ ਗਏ ਵਾਹ ਜੀ ਵਾਹ ਇੱਧਰ ਬਾਜਰਾ ਮੱਛਰਿਆ ਪਿਆ ਔਰ ਵਿੱਚ ਇੱਕ ਜਿੰਜਣ ਵੀ ਲੱਗਿਆ ਹੋਇਆ ਨਾਲ ਜਵਾਰ ਲੱਗੀ ਹੋਈ ਮਾਸ਼ਾਅੱਲਾ ਪੂਰਾ ਸੈਟਅਪ ਜਿਹੜਾ ਨਾ ਜ਼ਿਮੀਂਦਾਰੇ ਦਾ ਉਹ ਬਣਿਆ ਖੜਾ ਬਾਕੀ ਛਲੀਆਂ 'ਤੇ ਵੀ ਨਾ ਤਕਰੀਬਨ ਵਾਲ ਜੇ ਲੱਗ ਗਏ ਨੇ ਪੱਕਣ 'ਤੇ ਆ ਗਈਆਂ ਨੇ ਦੋ ਛਲੀਆਂ ਲੱਗੀਆਂ ਹੋਈਆਂ ਨੇ ਇੱਕ ਟਾਂਡੇ ਨੂੰ ਚੈੱਕ ਕਰੋ ਬਾਈ ਜੀ ਡਬਲ ਡਬਲ ਛੱਲੀ ਔਰ ਇਹਦੇ 'ਤੇ ਤਾਂ ਸਿੰਗਲ ਵੀ ਨਹੀਂ ਲੱਗੀ ਆ ਤਿੰਨ ਟਾਂਡਿਆਂ 'ਤੇ ਲੱਗੀਆਂ ਹੋਈਆਂ ਇੱਕ ਤਾਂ ਕੋਈ ਨਹੀਂ ਲੱਗੀ ਇੱਕ ਦੀ ਕਸਰ ਉਹਨੇ ਕੱਢ ਦਿੱਤੀ ਹੈ ਬਾਕੀ ਜਾ ਵੇਖੋ ਤੁਸੀਂ ਨਾਲ ਨਿਆਜ਼ ਬੋਹ ਦਾ ਬੂਟਾ ਕਿੰਨਾ ਪਿਆਰਾ ਲੱਗ ਰਿਹਾ ਇੱਥੇ ਖੜਿਆਂ ਕਸ਼ਬੋਹ ਵੀ ਆਉਂਦੀ ਰਹਿੰਦੀ ਜਾਂਦੀ ਲਓ ਜੀ ਬਾਈ ਸਾਹਿਬ ਅਸੀਂ ਹੁਣ ਆ ਚੁੱਕੇ ਸੀ ਕਮਲ ਹੋਟਲ ਦੇ ਅੰਦਰ ਔਰ ਰਾਇਤਾ ਸਲਾਦ ਵਗੈਰਾ ਆਇਆ ਸੀ ਲੇਕਿਨ ਅਸੀਂ ਨਾ ਜਿਵੇਂ ਭੁੱਖੀਆਂ ਡਾਗਾਂ ਨਹੀਂ ਹੁੰਦੀਆਂ ਭੁੱਖੇ ਯਾਨੀ ਜਾਨਵਰ ਉਸ ਤਰ੍ਹਾਂ ਅਸੀਂ ਨਾ ਜਲਦੀ ਜਲਦੀ ਫਟਾਫਟ ਜਿਹੜੀ ਨਾ ਸਲਾਦ ਉਹ ਤਾਂ ਖਾ ਮੁਕਾ ਛੱਡੀ ਸੀ ਬਾਕੀ ਰਾਇਤਾ ਪਿਆ ਹੋਇਆ ਸੀ ਮੰਮਾ ਦਲੀ ਵੀ ਇੱਧਰ ਖਾਈ ਜਾ ਰਿਹਾ ਸੀ ਅਤੇ ਕਿਉਂਕਿ ਸਾਨੂੰ ਭੁੱਖ ਬੜੀ ਜ਼ੋਰ ਦੀ ਲੱਗੀ ਹੋਈ ਸੀ ਅਤੇ ਬਾਕੀ ਇਹ ਆ ਕਿ ਕਦੇ ਕਦਾਣੇ ਮੈਂ ਮਤਲਬ ਆਉਣਾ ਹੁੰਦਾ 8ਵੇਂ ਦਿਨ ਅਤੇ ਅੱਜ ਮਤਲਬ ਮੰਮਾ ਦਲੀ ਅਤੇ ਆਸੀਆ ਬੇਗਮ ਨੇ ਫਰਮਾਇਸ਼ ਕੀਤੀ ਵੀ ਜਿਹੜਾ ਨਾ ਮੈਨੂੰ ਕੋਈ ਖਾਣਾ ਛਾਣਾ ਖਵਾ ਕੇ ਲਿਆਓ ਔਰ ਕਮਲ ਹੋਟਲ ਦੇ ਅੰਦਰ ਅਸੀਂ ਆ ਕੇ ਜਿਹੜਾ ਨਾ ਆਰਾਮ ਸਕੂਨ ਨਾਲ ਆਇਆ ਸਾਰਾ ਜਿਹੜਾ ਨਾ ਸਲਾਦ ਤਾਂ ਖਤਮ ਕਰ ਚੁੱਕੇ ਹਾਂ ਉਸ ਤੋਂ ਬਾਅਦ ਪਿਆ ਹੋਇਆ ਰਾਇਤਾ ਬੇਗਮ ਜਿਹੜੀ ਹੱਸ ਰਹੀ ਸੀ ਸਾਨੂੰ ਵੇਖ ਕੇ ਵੀ ਤੁਹਾਨੂੰ ਇੰਨੀ ਭੁੱਖ ਜ਼ਿਆਦਾ ਲੱਗੀ ਤੁਸੀਂ ਘਰੋਂ ਖਾ ਕੇ ਆ ਜਾਂਦੇ ਬਾਕੀ ਅਲਹਮਦੁਲਿਲਾ ਸਾਡਾ ਖਾਣਾ ਜੀ ਆ ਚੁੱਕਿਆ ਸੀ ਬਿਰਿਆਨੀ ਮੰਗਾਈ ਆ ਬੜੀ ਜ਼ਬਰਦਸਤ ਮਜ਼ੇਦਾਰ ਬੇਗਮ ਨੇ ਆਪਣੀ ਪਲੇਟ 'ਚ ਪਾਈ ਹੈ ਅਤੇ ਮੰਮਾ ਦਲੀ ਇੱਧਰ ਜਿਹੜਾ ਨਾ ਬੋਟੀਆਂ ਖਾਈ ਜਾ ਰਿਹਾ ਹੈ ਉਹ ਵੀ ਤਿੱਕੇ ਵਾਲੀਆਂ ਕਿਉਂਕਿ ਮੰਮਾ ਦਲੀ ਤਿੱਕੇ ਦਾ ਬਹੁਤ ਸ਼ੌਕੀਨ ਹੈ ਅਤੇ ਨਾਲ ਜਿਹੜਾ ਨਾ ਇਹ ਉਹਨਾਂ ਨੇ ਸਟਿੱਕਾਂ ਵੀ ਦਿੱਤੀਆਂ ਸੀ ਨਾਲ ਸੌਂਫ ਵੀ ਮਿੱਠੀ ਦਿੱਤੀ ਸੀ ਅਗਰ ਜ਼ਰੂਰਤ ਪਵੇ ਤਾਂ ਸਟਿੱਕਾਂ ਜਿਹੜੀਆਂ ਨਾ ਉਹ ਮਤਲਬ ਇੱਕ ਦੰਦਾਂ 'ਚ ਮਾਰਨ ਲਈ ਆ ਅਤੇ ਸੌਂਫ ਜਿਹੜੀ ਨਾ ਉਹ ਮਿੱਠੇ ਵਾਸਤੇ ਇਸਤੇਮਾਲ ਕੀਤੀ ਜਾ ਸਕਦੀ ਆ ਅਤੇ ਬਾਕੀ ਬੇਗਮ ਜਿਹੜੀ ਨਾ ਬੜੇ ਮਜ਼ੇ ਨਾਲ ਆਪਣੇ ਪਲੇਟ ਦੇ ਉੱਤੇ ਜਿਹੜਾ ਨਾ ਪਾਈ ਜਾ ਰਹੀ ਸੀ ਰਾਇਤਾ ਅਤੇ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਮਤਲਬ ਇਹ ਤਰਸਾ ਰਹੀ ਸੀ ਕਹਿੰਦੀ ਸੀ ਤੂੰ ਖਾਣਾ ਕਿ ਨਹੀਂ ਖਾਣਾ ਲੇਕਿਨ ਮੈਂ ਆਖਿਰ ਤੂੰ ਹੁਣ ਇੱਕੋ ਪਲੇਟ 'ਚ ਪਾ ਲਾ ਆਪਾਂ ਰਲ ਮਿਲ ਕੇ ਜਿਹੜੇ ਨਾ ਖਾ ਲੈਂਦੇ ਹਾਂ ਮੰਮਾ ਦਲੀ ਇੱਧਰ ਜਿਹੜਾ ਨਾ ਬੜੇ ਮਜ਼ੇ ਨਾਲ ਬੋਟੀਆਂ ਖਾਈ ਜਾ ਰਹੇ ਨਾਲ ਜਿਹੜਾ ਨਾ ਚਿਕਨ ਸ਼ਾਮੀ ਅਤੇ ਬਾਕੀ ਤਿੱਕਾ ਉਹ ਸਲਾਦ ਤਾਂ ਅਸੀਂ ਪਹਿਲਾਂ ਹੀ ਖਤਮ ਕਰ ਚੁੱਕੇ ਸੀ ਇੱਧਰ ਇੱਕ ਪਲੇਟ ਪਈ ਹੋਈ ਸੀ ਆਪਣਾ ਰਾਇਤੇ ਦੀ ਅਤੇ ਬੇਗਮ ਨੇ ਹੁਣ ਜਿਹੜਾ ਨਾ ਖਾਣਾ ਸਮਝੋ ਤਿਆਰ ਕਰ ਲਿਆ ਅਤੇ ਇਹਨੂੰ ਮੈਂ ਕਹਿ ਉਹ ਮੈਨੂੰ ਕਹਿੰਦੀ ਸੀ ਤੂੰ ਪਹਿਲੇ ਬਿਸਮਿਲ੍ਲਾ ਪੜ ਮੈਂ ਆਖੇ ਤੂੰ ਬਿਸਮਿਲ੍ਲਾ ਪੜ ਨੇ ਆਖੇ ਫਿਰ ਮੈਂ ਪਹਿਲੇ ਇੱਕ ਵਾਰੀ ਪਾਣੀ ਮੰਮਾ ਦਲੀ ਨੂੰ ਪਿਲਾ ਲਵਾਂ ਫਿਰ ਸ਼ੁਰੂ ਕਰਦੇ ਹਾਂ ਜੀ ਖਾਣਾ ਅਤੇ ਹੁਣ ਤੁਸੀਂ ਦੇਖ ਹੀ ਜਾਣਾ ਬੇਗਮ ਪਤਾ ਨਹੀਂ ਮੇਰੇ ਨਾਲ ਕੋਈ ਸਵਾਲ ਜਵਾਬ ਕਰ ਰਹੀ ਸੀ ਖੈਰ ਮੈਨੂੰ ਯਾਦ ਕੋਈ ਨਹੀਂ ਰਿਹਾ ਸੀ ਬਾਅਦ 'ਚ ਆ ਕੇ ਮੈਂ ਭੁੱਲ ਗਿਆ ਅਤੇ ਉਹ ਵਾਈਸ ਓਵਰ ਮੈਂ ਕਰ ਰਿਹਾ ਤਾਂ ਕਰਕੇ ਕਿਉਂਕਿ ਉੱਥੇ ਸ਼ੋਰ ਬਹੁਤ ਜ਼ਿਆਦਾ ਸੀ ਰਿਕਾਰਡਿੰਗ ਦਾ ਕੋਈ ਸਮਝੋ ਕਿ
ਬਿਲਕੁਲ ਆਵਾਜ਼ ਹੀ ਨਹੀਂ ਸੀ ਆਈ, ਜ਼ਿਆਦਾ ਸ਼ੋਰ ਹੀ ਵਿੱਚ ਰਿਕਾਰਡ ਹੋ ਰਿਹਾ ਸੀ। ਬਾਕੀ ਜੀ ਬੇਗਮ ਨੇ ਬਿਸਮਿਲ੍ਲਾ ਪੜ੍ਹ ਲਈ ਆ, ਚੈੱਕ ਕਰੋ ਭਾਈ ਸਾਹਿਬ, ਵਾਹ ਜੀ ਵਾਹ, ਬੇਗਮ ਦੇ ਆਰਾਮ ਸਕੂਨ ਨਾਲ ਖਾਈ ਜਾ ਰਹੀ ਆ, ਕਿਸੇ ਨੂੰ ਸੁਲਾ ਵੀ ਨਹੀਂ ਮਾਰੀ। ਖੈਰ ਨਾਲ ਮੰਮਾ ਦਲੀ ਵੀ ਖਾਈ ਜਾ ਰਿਹਾ, ਮੈਂ ਬਸ ਵੇਖੀ ਜਾ ਰਿਹਾ ਸੀ ਇਹਨਾਂ ਦੇ ਮੂੰਹ ਵੱਲੋਂ। ਲਓ ਜੀ ਹੁਣ ਅਸੀਂ ਇੱਥੇ ਆਪ ਜਿਹੜਾ ਖਾਣਾ ਖਾਣਾ ਦੋਨੋਂ ਜਿਹੀ ਲੱਗ ਪਏ ਸੀ। ਬੇਗਮ ਨੇ ਆਖਿਆ ਮੈਂ ਇਕੱਲਿਆਂ ਕੋਈ ਨਹੀਂ ਖਾਣਾ, ਬਿਸਮਿਲ੍ਲਾ ਸਿਰਫ ਪੜ੍ਹੀ ਆ, ਲੇਕਿਨ ਖਾਣਾ ਮੈਂ ਜਿਹੜਾ ਨਾ ਸਮਝੋ ਕਿ ਤੇਰੇ ਨਾਲ ਹੀ ਖਾਣਾ ਹੈਗਾ, ਅਤੇ ਇਸ ਕਰਕੇ ਦੋਨੋਂ ਮੀਆਂ ਬੀਵੀ ਅਸੀਂ ਖਾਣਾ ਖਾ ਰਹੇ ਸੀ। ਮੰਮਾ ਦਲੀ ਇੱਥੇ ਸਾਡੀ ਵੀਡੀਓ ਬਣਾ ਰਿਹਾ ਸੀ, ਅਤੇ ਹੁਣ ਮੈਂ ਕਹਿ ਰਿਹਾ ਮੰਮਾ ਦਲੀ ਨੂੰ ਵੀ ਆ ਜਾ ਤੂੰ ਵੀ ਖਾਣਾ ਖਾ ਲੈ। ਲਓ ਜੀ ਹੁਣ ਸਾਡਾ ਬਿੱਲ ਵੀ ਆ ਚੁੱਕਿਆ 690 ਰੁਪਈਏ, ਜਿਹਦੇ ਵਿੱਚ ਅਸਾਂ ਜੀ 150 ਰੁਪਏ ਦਾ ਟਿੱਕਾ ਮੰਗਵਾਇਆ ਹੈ, 380 ਰੁਪਏ ਦੀ ਬਿਰਿਆਨੀ ਮੰਗਵਾਈ ਹੈ, 160 ਰੁਪਏ ਦੀ 7-Up ਮੰਗਵਾਈ ਆ, ਕਿਉਂਕਿ 7-Up ਤੋਂ ਬਗੈਰ ਖਾਣਾ ਹਜ਼ਮ ਨਹੀਂ ਸੀ ਸਾਨੂੰ ਹੋ ਰਿਹਾ, ਇਸ ਕਰਕੇ ਵੇ ਫਿਰ ਮੈਂ ਮੰਗਵਾ ਲਈ 7-Up ਜੋ ਕਿ ਹੈ ਪਈ ਹੋਈ ਆ, ਅਤੇ ਸੌਂਫ ਵੀ ਅਸੀਂ ਤਕਰੀਬਨ ਅੱਧੀ ਖਾ ਲਈ ਸੀ, ਅਤੇ ਖਾਣਾ ਵੀ ਖਾ ਚੁੱਕੇ ਸੀ। ਮੰਮਾ ਦਲੀ ਇੱਦਾਂ ਟਿਸ਼ੂ ਸਾਰੇ ਬਲੇਟ ਬਲੂਟ ਕੇ ਨਾ ਆਪਣੇ ਹੱਥ ਸਾਫ਼ ਕਰ ਲਿਆ ਸੀ, ਅਤੇ ਬਾਕੀ ਜਿਹੜੇ ਨਾ ਬਿੱਲ ਮੈਂ ਤਕਰੀਬਨ ਪੇ ਕਰ ਦਿੱਤਾ, ਅਤੇ ਖਾਣਾ ਵੀ ਸਾਰਾ ਖਤਮ ਕਰ ਲਿਆ, ਬਹੁਤਾ ਲਾਉਣ ਬਸ ਰਹਿ ਗਈ ਐਂਡ 'ਤੇ ਜਿਹੜੀ ਪੀ ਕੇ ਅਤੇ ਨਿਕਲਣ ਲੱਗੇ। ਕੀ ਖਰੀਦਿਆ? ਕੰਬਲ ਤੂੰ ਏ ਸੀ 'ਤੇ ਪੈਣਾ ਹੈ, ਚੱਲ ਲੈ ਆ ਜਲਦੀ ਆ, ਚੱਲੀਏ ਟਾਈਮ ਕੋਈ ਨਹੀਂ, ਹੋਰ ਕੀ ਲਿਆ ਸਿਰਾਣਾ, ਚਲੋ ਚੱਲੀਏ। ਹੁਣ ਦੱਸ ਬੇਗਮ ਸਾਹਿਬਾ ਮੈਨੂੰ ਵੀ ਆਹ ਕੰਬਲ ਤੂੰ ਲੈ ਆਉਂਦਾ, ਤੂੰ ਏ ਸੀ 'ਤੇ ਪੈਣਾ, ਇਹ ਤਾਂ ਕੰਬਲ ਆਉਂਦਾ ਏ ਸੀ ਵਾਲਿਆਂ ਵਾਸਤੇ, ਹੈਂ ਕਿਉਂ ਵੇ ਵਿਖਾ ਕਿੱਡਾ ਸਾਰਾ ਸਿਰਾਣਾ, ਤਾਂ ਮੈਂ ਵੇਖੀ ਖੜਾ, ਇਹ ਕੰਬਲ ਵਿਖਾ ਕਿੱਡਾ ਪੂਰੇ ਦਾ ਨਹੀਂ ਮੰਜੀ ਦਾ ਬੈਠਦਾ, ਵਾਹ ਜੀ ਵਾਹ, ਲਓ ਜੀ ਇਹ ਲੈ ਕੇ ਆਈਏ ਗਰਮ ਕੰਬਲ, ਆ ਖਾਣ ਪੀਣ ਵਾਸਤੇ ਦੇਈ ਦੇ ਨੇ ਉਹਨੇ ਕੰਬਲ ਖਰੀਦ ਲਏ ਨੇ। ਹੁਣ ਕਿੰਨੇ ਦਾ ਆਇਆ ਜੀ, ਕਿੰਨੇ ਦਾ ਆਇਆ? 1200 ਦਾ, ਉੱਥੇ ਪਿਆ ਨਹੀਂ 1000 ਦਾ, ਸਿਰਾਣਾ ਕਿੰਨੇ ਦਾ? 400 ਦਾ। ਮੰਮਾ ਦਲੀ ਜੰਡੀਆਂ ਲੈ ਕੇ ਆਇਆ 14 ਅਗਸਤ ਦੀਆਂ, ਅਜੇ ਤਾਂ 2 ਅਗਸਤ ਹੈ, ਖੋਲ ਦਿੰਦੇ ਹੋਰ ਕੀ ਲਿਆ ਦਿਖਾ, ਝੰਡਾ ਵੀ ਲਿਆ, ਵਾਹ ਜੀ ਵਾਹ, ਕਾਇਦ ਆਜ਼ਮ ਮੁਹੰਮਦ ਅਲੀ ਜਿਨਾ, ਤੇ ਨਾਲ ਹੈਗਾ ਮਿਨਾਰੇ ਪਾਕਿਸਤਾਨ, ਸਹੀ ਆ, ਹਾਂਜੀ ਇਹ ਉਹੀ ਮਿਨਾਰੇ ਪਾਕਿਸਤਾਨ, ਸਰਦੀਆਂ ਹੁਣ ਅਜੇ ਪੋਲ ਗਿਆ, ਅਜੇ ਸਫ਼ਰ ਨਹੀਂ ਕਰਨੇ, ਸਹੀ ਹੈ ਨਾ, ਤੇ ਇਹ ਹੁਣ ਕੰਬਲ ਜਿਹੜਾ ਨਾ ਇਹ ਸਮਝੋ ਕਿ ਹਾਲੇ ਨਹੀਂ ਇਸਤੇਮਾਲ ਹੋਣਾ, ਵੇਖੀ ਫਲਾ ਇੰਨੇ ਗਰਮ ਹੈ ਗਿਆ ਹੁਣ ਵੀ, ਚਲੋ ਚੰਗਾ ਚੀਜ਼ ਬਣੀ ਠੀਕ ਹੈ, ਚੰਗਾ ਹੀ ਸਹੀ ਹੈ। ਬਾਕੀ ਜੁਮੇ ਦਾ ਟਾਈਮ ਹੋ ਰਿਹਾ ਤੇ ਮਾੜੀ ਤਾਰੀ ਲਾਣੀ ਆ, ਨਾ ਕੇ ਤੇ ਜੁਮਾ ਪੜਦੇ ਆ, ਫਿਰ ਬਾਕੀ ਵਲੌਗ ਦਾ ਐਂਡ ਕਰਨਾ ਇੱਥੇ, ਅਗਲੇ ਵਲੌਗ ਚ ਹੁੰਦੀ ਮੁਲਾਕਾਤ, ਤੇ ਜਾਇਦਾਦ ਖੁਦਾ ਹਾਫਿਜ਼, ਅੱਲਾ ਨਿਗਹਿਬਾਨ।